ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅੱਜ ਅਸੀਂ ਇਸ ਸ਼ਬਦ ਨੂੰ ਵੀਰਾਂ ਭੈਣਾਂ ਅਤੇ ਬੱਚਿਆਂ ਦੇ ਸਕੇਲ ਦੇ ਉੱਪਰ ਬਹੁਤ ਹੀ ਆਸਾਨ ਰੀਤ ਦੇ ਉੱਪਰ ਵਿਦ ਸਰਗਮ ਸਿੱਖਾਂਗੇ ਜੀ। ਆਓ ਸ਼ੁਰੂ ਕਰਦੇ ਹਾਂ। ਪਹਿਲਾਂ ਦੇਖਦੇ ਹਾਂ ਕਿ ਇਸ ਸ਼ਬਦ ਨੂੰ ਕਿਹੜੀਆਂ ਕਿਹੜੀਆਂ ਸੁਰਾਂ ਲੱਗਣਗੀਆਂ। ਇਸ ਸ਼ਬਦ ਦਾ ਸਕੇਲ ਜੋ ਮੈਂ ਰੱਖੇ, ਸਾ ਜੋ ਰੱਖਿਆ ਹੈ, ਇਹ ਹੈ ਮੱਧ ਸਪਤਕ ਦਾ ਪਹਿਲਾ ਕਾਲਾ, ਯਾਨੀ ਕਿ ਸੀ ਸ਼ਾਰਪ। ਸਾ ਰੇ ਗਾ ਮਾ ਗਾ ਰੇ ਨੀ ਕੋਮਲ ਲੱਗੇਗਾ ਜੀ, ਰੇ ਕੋਮਲ ਲੱਗੇਗਾ ਔਰ ਗਾ ਕੋਮਲ ਲੱਗੇਗਾ। ਆਓ ਜੀ ਸ਼ੁਰੂ ਕਰਦੇ ਹਾਂ। ਥਿਰ ਘਰ ਬੈਸੋ, ਥਿਰ ਘਰ ਬੈਸੋ, ਹਰਜਨ 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 ਪਿਆਰੇ, ਸਤਿਗੁਰ ਤੁਮਰੇ, ਸਤਿਗੁਰ ਸਤਿਗੁਰ ਤੁਮਰੇ, ਕਾਜ ਕਾਜ ਸਵਾਰੇ। ਸਰਗਮ ਦੇਖੋ ਜੀ, ਇੱਕ ਵਾਰ ਫਿਰ ਦੇਖੋ ਜੀ। ਨੀ ਰੇ ਰੇ ਸਾ ਸਾ ਨੀ ਰੇ ਰੇ ਸਾ ਗਾ ਰੇ ਰੇ ਸਾ ਸਾ ਨੀ ਰੇ ਰੇ ਸਾ ਸਾ ਥਿਰ ਕਰ ਬੈਸੋ ਹਰ ਜਨ ਪਿਆਰੇ, ਹਰਜਨ ਪਿਆਰੇ, ਸਤਿਗੁਰ ਸਤਿਗੁਰ ਤੁਮਰੇ, ਕਾਜ ਸਵਾਰੇ। ਅੰਤਰਾ ਦੇਖਦੇ ਹਾਂ ਜੀ। ਦੁਸ਼ਟ ਦੂਤ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾ ਰੇ। ਸਰਗਮ ਦੇਖਦੇ ਹਾਂ ਜੀ ਅੰਤਰੇ ਦੀ। ਗਾ ਗਾ ਰੇ ਗਾ ਗਾ ਰੇ ਗਾ ਮਾ ਗਾ ਰੇ ਗਾ ਰੇ ਰੇ ਸਾ ਸਾ ਨੀ ਰੇ ਰੇ ਸਾ ਸਾ। ਦੁਸ਼ਟ ਦੂਤ ਪਰਮੇਸ਼ਰ
ਪੈਜ ਰਖੀ ਕਰਤਾਰੇ ਥਿਰ ਕਰ ਬੈਸੋ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਸਾਰਾ ਸ਼ਬਦ ਜੀ ਹੈ ਜੋ ਹੈ ਜੀ ਇਹ ਸਾਰਾ ਇਸੇ ਇੱਕੋ ਵਾਰੀ ਇੱਕੋ ਸੁਰਾਂ ਦੇ ਉੱਪਰ ਚੱਲੇਗਾ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉਏ ਨਿਰਭਉਏ ਭਜੋ ਭਗਵਾਨ ਸਾਧ ਸਾਧ ਸੰਗਤ ਮੇਲ ਸਰਣ ਪਰੇ ਪ੍ਰਭ ਅੰਤਰ ਜਾਮੀ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸਵਾਮੀ ਚੁੱਕਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।